ਸਤ ਸ੍ਰੀ ਅਕਾਲ ਜੀ ਖਬਰਾਂ ਦੀ ਆਬੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਦੀ ਇਸ ਕੈਨੇਡਾ ਦੀਆਂ ਪੰਜਾਬੀ ਖਬਰਾਂ ਦੇ ਵੀਕਲੀ ਨਿਊਜ਼ ਬੁਲੇਟਿਨ 'ਚ ਅਤੇ ਇਸ ਬੁਲੇਟਿਨ ਦੇ ਵਿੱਚ ਅਸੀਂ ਤੁਹਾਨੂੰ ਪਿਛਲੇ ਦਿਨਾਂ ਦੌਰਾਨ ਸਾਹਮਣੇ ਆਈਆਂ ਕੁਝ ਖਾਸ ਅਪਡੇਟਸ ਦੇ ਬਾਰੇ ਜਾਣਕਾਰੀ ਦੇਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਜਰੂਰ ਕਰ ਲਓ ਆਓ ਹੁਣ ਵੱਧਦੇ ਹਾਂ ਅਪਡੇਟ ਦੇ ਵੱਲ ਸ਼ੁਰੂ ਕਰਦੇ ਹਾਂ ਹੈਡਲਾਈਨਸ ਤੋਂ ਕੈਨੇਡਾ ਸਰਕਾਰ ਨੇ ਭਾਰਤ ਤੋਂ ਆਉਣ ਵਾਲੇ ਫਲਾਈਟਸ ਤੇ ਲਗਾ ਕੈਨੇਡਾ ਦੇ ਵੱਲੋਂ ਕੁਝ ਇੰਟਰਨੈਸ਼ਨਲ ਟਰੈਵਲਰ ਰੈਸਟ੍ਰਿਕਸ਼ਨਸ ਫੁਲੀ ਵੈਕਸੀਨੇਟਡ ਲੋਕਾਂ ਨੂੰ 5 ਜੁਲਾਈ ਤੋਂ ਦਿੱਤੀ ਜਾਵੇਗੀ ਡੇਲ ਕੈਨੇਡਾ ਦੇ ਇਮੀਗ੍ਰੇਸ਼ਨ ਪ੍ਰੋਸੈਸਿੰਗ ਤੇ ਹੋਇਆ ਮਿਹਰਬਾਨ ਦੋ ਵੱਡੇ ਐਕਸਪ੍ਰੈਸੈਂਟਡ ਰਾ ਕੈਨੇਡਾ ਹਾਈ ਕਮਿਸ਼ਨ ਦੇ ਵੱਲੋਂ ਵੀਜ਼ਾ ਦੇ ਲਈ ਅਫਰੈਂਟ ਮੈਡੀਕਲ ਦੇ ਲਈ ਅਪਾਇੰਟਮੈਂਟਸ ਬਾਰੇ ਜਾਰੀ ਕੀਤੀ ਗਈ ਨਵੀਂ ਅਪਡੇਟ ਕੈਨੇਡਾ ਦੇ ਸੂਬੇ ਕਿਊਬਿਕ ਅਨਟਾਰੀਓ ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਈਆਂ ਇਮੀਗ੍ਰੇਸ਼ਨ ਅਪਡੇਟਸ ਕੈਨੇਡਾ ਫਲਾਈਟਸ ਬਾਰੇ ਆਈ ਅਪਡੇਟ ਕੈਨੇਡਾ ਵੀਜ਼ਾ ਐਪਲੀਕੇਸ਼ਨ ਸੈਂਟਰਸ ਤੇ ਬਾਇਓਮੈਟ੍ਰਿਕ ਅਪਾਇੰਟਮੈਂਟ ਦੀ ਬੁਕਿੰਗ ਦੇ ਬਾਰੇ ਕੈਨੇਡਾ ਦੇ ਹਾਈ ਕਮਿਸ਼ਨ ਨੇ ਜਾਰੀ ਕੀਤੀ ਵੱਡੀ ਅਪਡੇਟ ਹੁਣ ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਤੋਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਇਸ ਮਹੀਨੇ ਵੀ ਪ੍ਰਵਾਸੀਆਂ ਦੇ ਉੱਪਰ ਰੱਜ ਕੇ ਮਿਹਰਬਾਨ ਹੋਇਆ ਹੈ ਅਤੇ ਨਾਲ ਹੀ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀਆਂ ਨੂੰ ਇਨਵੀਟੇਸ਼ਨ ਵੀ ਭੇਜੇ ਗਏ ਹਨ ਕਿ ਉਹ ਕੈਨੇਡਾ ਦੇ ਪੀਆਰ ਦੇ ਲਈ ਅਪਲਾਈ ਕਰਨ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2021 ਦੇ ਜੂਨ ਮਹੀਨੇ ਦੇ ਦੌਰਾਨ 4 ਐਕਸਪ੍ਰੈਸ ਐਂਟੀ ਡਰਾ ਕੱਢੇ ਗਏ ਹਨ ਅਤੇ ਜੇਕਰ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਤਾਜ਼ਾ ਕੱਢੇ ਗਏ ਇਮੀਗ੍ਰੇਸ਼ਨ ਡਰਾਸ ਦੀ ਬਾਰੇ ਗੱਲ ਕਰੀਏ ਤਾਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਤਾਜ਼ਾ ਐਕਸਪ੍ਰੈਸੈਂਟਡ ਡਰਾ 23 ਅਤੇ 24 ਜੂਨ ਨੂੰ ਕੱਢੇ ਗਏ ਹਨ ਅਤੇ 23 ਜੂਨ ਵਾਲੇ ਐਕਸਪ੍ਰੈਸੈਂਟਡ ਡਰਾ ਦੇ ਵਿੱਚ 1002 ਪੀਐਨਪੀ ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਹਨ ਕਿ ਉਹ ਕੈਨੇਡਾ ਦੀ ਪੀਆਰ ਦੇ ਲਈ ਅਪਲਾਈ ਕਰਨ ਅਤੇ ਇਸ ਡਰਾ ਦੇ ਵਿੱਚ ਸੀਆਰਐਸ ਸਕੋਰ 742 ਰਿਹਾ ਅਤੇ ਇਸ ਤੋਂ ਬਾਅਦ ਅਗਲੇ ਹੀ ਦਿਨਾਂ ਮਤਲਬ ਕਿ 24 ਜੂਨ ਨੂੰ ਕੱਢੇ ਗਏ ਐਕਸਪ੍ਰੈਸੈਂਟਡ ਡਰਾ ਦੇ ਵਿੱਚ 6000 ਕੈਨੇਡੀਅਨ ਐਕਸਪੀਰੀਐਂਸ ਕਲਾਸ ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਹਨ ਕਿ ਉਹ ਕੈਨੇਡਾ ਦੇ ਪੀਆਰ ਦੇ ਲਈ ਅਪਲਾਈ ਕਰਨ ਅਤੇ ਇਸ ਡਰਾ ਦੇ ਵਿੱਚ ਸੀਆਰਐਸ ਸਕੋਰ 357 ਰਿਹਾ IRCC ਦੇ ਵੱਲੋਂ ਜੂਨ ਮਹੀਨੇ ਦੇ ਦੌਰਾਨ ਕੱਢੇ ਗਏ 4% ਡਰਾਸ ਦੇ ਵਿੱਚੋਂ 2 ਡਰਾਸ ਦੇ ਵਿੱਚ PNP ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਅਤੇ 2% ਡਰਾਸ ਦੇ ਵਿੱਚ ਕੈਨੇਡੀਅਨ ਐਕਸਪੀਰੀਐਂਸ ਕਲਾਸ ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਅਤੇ ਜੂਨ ਮਹੀਨੇ ਦੇ ਦੌਰਾਨ ਜਾਰੀ ਕੀਤੇ ਗਏ ਕੁੱਲ ਇਨਵੀਟੇਸ਼ਨਸ ਦੀ ਗਿਣਤੀ 13942 ਹੋ ਗਈ ਹੈ ਹੁਣ ਵਾਦਦੇ ਹਾਂ ਅਗਲੀ ਖਬਰ ਦੇ ਵੱਲ ਬਹੁਤ ਸਾਰੇ ਲੋਕਾਂ ਦੇ ਵੱਲੋਂ ਟਵਿੱਟਰ ਦੇ ਉੱਤੇ 에ਅਰ ਕੈਨੇਡਾ ਤੋਂ ਲਗਾਤਾਰ ਇਹ ਸਵਾਲ ਪੁੱਛੇ ਜਾ ਰਹੇ ਹਨ ਕਿ ਭਾਰਤ ਤੋਂ ਕੈਨੇਡਾ ਦੇ ਲਈ ਡਾਇਰੈਕਟ ਫਲਾਈਟਸ 에ਅਰ ਕੈਨੇਡਾ ਦੇ ਵੱਲੋਂ ਕਦੋਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ 에ਅਰ ਕੈਨੇਡਾ ਦੇ ਵੱਲੋਂ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਟਵੀਟਸ ਨੂੰ ਰਿਪਲਾਈ ਕਰਕੇ ਦਿੱਤੇ ਜਾ ਰਹੇ ਹਨ ਪਰ ਹਾਲ ਹੀ ਦੇ ਵਿੱਚ 에ਅਰ ਕੈਨੇਡਾ ਦੇ ਵੱਲੋਂ ਇੱਕ ਯੂਜ਼ਰ ਦੇ ਵੱਲੋਂ ਟਵੀਟ ਕਰਕੇ ਪੁੱਛੇ ਗਏ ਸਵਾਲ ਦਾ ਜਵਾਬ ਦਿੱਤਾ ਗਿਆ ਅਤੇ ਇਸ ਜਵਾਬ ਦੇ ਵਿੱਚ 에ਅਰ ਕੈਨੇਡਾ ਦੇ ਵੱਲੋਂ ਕੁਝ ਐਸਾ ਲਿਖਿਆ ਗਿਆ ਕਿ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ 에ਅਰ ਕੈਨੇਡਾ ਦੇ ਵੱਲੋਂ ਇੱਕ ਇੱਕ ਯੂਜ਼ਰ ਦੇ ਵੱਲੋਂ ਟਵਿੱਟਰ ਦੇ ਉੱਪਰ ਕੀਤੇ ਗਏ ਸਵਾਲ ਨੂੰ ਰਿਪਲਾਈ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਗਈ ਕਿ ਕੈਨੇਡਾ ਤੋਂ ਭਾਰਤ ਲਈ ਫਲਾਈਟਸ ਜੁਲਾਈ 29 ਨੂੰ ਅਤੇ ਜੁਲਾਈ 31 ਨੂੰ ਜਾਣ ਗਈਆਂ ਅਤੇ ਜਿਸ ਤੋਂ ਬਾਅਦ ਇੰਡੀਆ ਤੋਂ ਕੈਨੇਡਾ ਦੇ ਲਈ ਪਹਿਲੀ ਫਲਾਈਟ 1 ਅਗਸਤ ਨੂੰ ਵਾਪਸੀ ਆਵੇਗੀ ਅਤੇ ਨਾਲ ਹੀ ਟਵੀਟ ਦੇ ਵਿੱਚ ਇਹ ਗੱਲ ਵੀ ਕਹੀ ਗਈ ਕਿ ਇਸ ਫੈਸਲੇ ਦੇ ਵਿੱਚ ਬਦਲਾਅ ਵੀ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਵੱਲੋਂ ਇਹ ਵੀ ਲਿਖਿਆ ਗਿਆ ਕਿ ਕਿਰਪਾ ਕਰਕੇ ਨੋਟ ਕਰੋ ਕਿ ਭਾਰਤ ਵਿੱਚ ਜਾਰੀ ਕੀਤੇ ਗਏ ਟੈਸਟ ਦੇ ਨਤੀਜੇ ਸਵੀਕਾਰ ਨਹੀਂ ਕੀਤੇ ਜਾਂਦੇ ਮਤਲਬ ਇਹ ਕੀ ਜੋ ਕੋਵਿਡ-19 ਦੀ ਪੀਸੀਆਰ ਟੈਸਟ ਦੀ ਰਿਪੋਰਟ ਹੁੰਦੀ ਹੈ ਉਸ ਦੇ ਬਾਰੇ 에ਅ ਕੈਨੇਡਾ ਦੇ ਵੱਲੋਂ ਇਹ ਸਪਸ਼ਟ ਲਿਖਿਆ ਗਿਆ ਹੈ ਕਿ ਇੰਡੀਆ ਤੋਂ ਟੈਸਟ ਦੀ ਰਿਪੋਰਟ ਹੋਵੇਗੀ ਉਹ ਐਕਸੈਪਟ ਨਹੀਂ ਕੀਤੀ ਜਾਵੇਗੀ ਏਅਰ ਕੈਨੇਡਾ ਦੇ ਵੱਲੋਂ ਇੱਕ ਯੂਜ਼ਰ ਦੇ ਵੱਲੋਂ ਪੁੱਛੇ ਗਏ ਇੱਕ ਸਵਾਲ ਦਾ ਰਿਪਲਾਈ ਕਰਦੇ ਹੋਏ ਕੀਤੇ ਗਏ ਇਸ ਟਵੀਟ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਅਤੇ ਏਅਰ ਕੈਨੇਡਾ ਦੇ ਵੱਲੋਂ ਕੀਤੇ ਗਏ ਇਸ ਰਿਪਲਾਈ ਦੇ ਉੱਪਰ ਲੋਕਾਂ ਦੀ ਅਲੱਗ-ਅਲੱਗ ਪ੍ਰਕਿਰਿਆ ਸਾਹਮਣੇ ਆ ਰਹੀ ਹੈ ਅਤੇ ਲੋਕਾਂ ਦੇ ਵੱਲੋਂ 에ਅਰਲਾਈਨ ਤੋਂ ਲਗਾਤਾਰ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਫਿਰ ਕਿਸ ਤਰ੍ਹਾਂ ਸੀ ਟ੍ਰੈਵਲ ਕਰ ਪਾਵਾਂਗੇ ਜੇਕਰ ਤੁਸੀਂ ਇੰਡੀਆ ਦੇ ਵੱਲੋਂ ਜਾਰੀ ਕੀਤੇ ਗਏ ਕੋਵਿਡ-19 ਟੈਸਟ ਰਿਜ਼ਲਟ ਨੂੰ ਸਵੀਕਾਰ ਨਹੀਂ ਕਰਦੇ ਇੱਥੇ ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਨੇ ਭਾਰਤ ਤੋਂ ਫਲਾਈਟਸ ਦੇ ਉੱਪਰ ਬੈਨ ਲਗਾਇਆ ਹੋਇਆ ਹੈ ਤੇ ਇਸ ਬੈਨ ਦੇ ਵਿੱਚ ਕੈਨੇਡਾ ਦੇ ਵੱਲੋਂ ਕਈ ਵਾਰ ਵਾਅਦਾ ਕੀਤਾ ਗਿਆ ਹੈ ਅਤੇ ਜੇਕਰ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ ھیਠਾਂ ਨਹੀਂ ਆਂਦੀ ਤਾਂ ਹੋ ਸਕਦਾ ਹੈ ਕਿ ਕੈਨੇਡਾ ਦੇ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਫਲਾਈਟਸ ਦੇ ਉੱਪਰ ਲਗਾਏ ਗਏ ਬੈਨ ਯਾਨੀ ਕਿ ਰੋਕ ਦੇ ਵਿੱਚ ਕੁਝ ਹੋਰ ਸਮੇਂ ਦੇ ਲਈ ਵਾਅਦਾ ਕੀਤਾ ਜਾਵੇ ਅਤੇ ਹੁਣ ਜੋ 에ਅਰ ਕੈਨੇਡਾ ਦੇ ਵੱਲੋਂ ਇੱਕ ਇੱਕ ਯੂਜ਼ਰ ਦੇ ਵੱਲੋਂ ਕੀਤੇ ਗਏ ਟਵੀਟ ਨੂੰ ਰਿਪਲਾਈ ਕਰਦੇ ਹੋਏ ਇਹ ਕਿਹਾ ਗਿਆ ਹੈ ਕਿ ਭਾਰਤ ਤੋਂ ਜੋ ਕੋਵਿਡ-19 ਟੈਸਟ ਰਿਪੋਰਟ ਹੋਵੇਗੀ ਉਸ ਨੂੰ ਮੰਨਿਆ ਨਹੀਂ ਜਾਵੇਗਾ ਇਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਅਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਭਾਰਤ ਤੋਂ ਕੈਨੇਡਾ ਦੇ ਲਈ ਫਲਾਈਟਸ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇ ਉਸ ਸਮੇਂ ਜਾਂ ਉਸ ਤੋਂ ਪਹਿਲਾਂ ਇਸ ਦੇ ਬਾਰੇ ਕੋਈ ਫੈਸਲਾ ਲਿਆ ਜਾਵੇ ਜਾਂ ਐਲਾਨ ਕੀਤਾ ਜਾਵੇ ਪਰ ਇਸ ਬਾਰੇ ਕੋਈ ਵੀ ਜਾਣਕਾਰੀ ਅਧਿਕਾਰੀਆਂ ਨੇ ਅਧਿਕਾਰਤ ਤੌਰ ਤੇ ਸਾਂਝੀ ਨਹੀਂ ਕੀਤੀ ਹੁਣ ਵਾਦੇ ਹਾਂ ਅਗਲੀ ਖਬਰ ਦੇ ਵੱਲ ਕੈਨੇਡਾ ਸਰਕਾਰ ਦੇ ਵੱਲੋਂ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ ਕਿ ਸੋਮਵਾਰ ਨੂੰ ट्रैवल ਰੈਸਟ੍ਰਿਕਸ਼ਨ ਛਟੇਲੇ ਦਿੱਤੀ ਜਾਣ ਦੇ ਬਾਰੇ ਐਲਾਨ ਕੀਤਾ ਜਾਵੇਗਾ ਅਤੇ ਸੋਮਵਾਰ ਨੂੰ ਕੈਨੇਡਾ ਦੇ ਵੱਲੋਂ ਇੱਕ ਤਾਜ਼ਾ ਐਲਾਨ ਕੀਤਾ ਗਿਆ ਜਿਸ ਦੇ ਮੁਤਾਬਕ 5 ਜੁਲਾਈ ਤੋਂ 11 ਵਜੇ ਕੇ 59 ਮਿੰਟ ਤੋਂ ਫੁੱਲੀ ਵੈਕਸੀਨੇਟਡ ਟਰੈਵਲਰ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਟਰੈਵਲ ਕਰਨ ਦੀ ਇਜਾਜ਼ਤ ਹੈ ਯਾਨਕਿ ਕੈਨੇਡਾ ਟਰੈਵਲਰ ਰੈਸਟ੍ਰਿਕਸ਼ਨ ਤੋਂ ਐਕਸੈਂਪਟ ਕੀਤਾ ਗਿਆ ਹੈ ਉਹਨਾਂ ਲਈ ਨਿਯਮ ਲਾਗੂ ਹੋਣਗੇ ਕੈਨੇਡਾ ਸਰਕਾਰ ਦੇ ਵੱਲੋਂ ਰੈਸਟ੍ਰਿਕਸ਼ਨ ਦੇ ਵਿੱਚ ਟੇਲੇ ਦਿੱਤੇ ਜਾਣ ਦੇ ਬਾਰੇ ਵੱਡਾ ਐਲਾਨ ਕੀਤਾ ਗਿਆ ਹੈ ਤੇ 5 ਲਈ ਤੋਂ ਫੁੱਲੀ ਵੈਕਸੀਨੇਟਡ ਕੈਨੇਡੀਅਨਸ ਤੇ ਪਰਮਾਨੈਂਟ ਰੈਜ਼ੀਡੈਂਸ ਕੈਨੇਡਾ ਵਿੱਚ ਦਾਖਲ ਹੋਣ ਤੇ ਹੋਟਲ ਦੇ ਵਿੱਚ ਕੁਆਰੰਟਾਈਨ ਨਹੀਂ ਕਰਨਾ ਪਵੇਗਾ ਮਤਲਬ ਇਹ ਕਿ ਜਿਨ੍ਹਾਂ ਲੋਕਾਂ ਨੂੰ ਕੈਨੇਡਾ ਸਰਕਾਰ ਦੇ ਵੱਲੋਂ ਅਪਰੂਵਡ ਵੈਕਸੀਨ ਦੀਆਂ ਦੋਨੋਂ ਡੋਜ਼ੇਸ ਲੱਗੀਆਂ ਹੋਈਆਂ ਹਨ ਉਹਨਾਂ ਨੂੰ ਹੋ ਕੁਆਰੰਟਾਈਨ ਰਹਿਣ ਵਾਲੇ ਨਿਯਮ ਤੋਂ ਛੋਟ ਮਿਲੇਗੀ ਅਤੇ ਕੈਨੇਡਾ ਪਹੁੰਚਣ ਤੇ 8ਵੇਂ ਦਿਨ ਹੋਣ ਵਾਲੇ ਕੋਵਿਡ ਨੂੰ ਟੈਸਟ ਵੀ ਨਹੀਂ ਕਰਨਾ ਪਵੇਗਾ ਕੈਨੇਡਾ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਯਾਤਰੀਆਂ ਦੇ ਲਈ ਇਹ ਜ਼ਰੂਰੀ ਹੈ ਕਿ ਉਹ 14 ਦਿਨ ਤੋਂ ਪਹਿਲਾਂ ਕੈਨੇਡਾ ਸਰਕਾਰ ਦੇ ਵੱਲੋਂ ਜਿਨ੍ਹਾਂ ਵੈਕਸੀਨ ਨੂੰ ਅਪਰੂਵ ਕੀਤਾ ਗਿਆ ਹੈ ਉਸ ਦੀਆਂ ਦੋਨੋਂ ਡੋਜ਼ ਲਗਵਾਈਆਂ ਹੋਣ ਅਤੇ ਉਸ ਨੂੰ ਵੈਕਸੀਨੇਸ਼ਨ ਦਾ ਸਬੂਤ ਵੀ ਦਿਖਾਉਣਾ ਪਵੇਗਾ ਅਤੇ ਇਹ coronavirus vaccine ਦਾ ਸਬੂਤ ਯਾਤਰੀ ਅਰਾਈਵ ਕਰਨ ਐਪ ਦੇ ਜ਼ਰੀਏ ਸਬਮਿਟ ਕਰ ਪਾਉਣਗੇ ਕੈਨੇਡਾ ਲਈ ਟ੍ਰੈਵਲ ਕਰਨ ਵਾਲੇ ਫੁਲੀ ਵੈਕਸੀਨੇਟਡ ਟ੍ਰੈਵਲਰ ਦੇ ਕੋਲ 72 ਘੰਟੇ ਦੇ ਅੰਦਰ ਕਰਵਾਇਆ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ ਅਜੇ ਫਿਰ ਕੈਨੇਡਾ ਪਹੁੰਚਣ ਦੇ ਉੱਪਰ ਵੀ ਯਾਤਰੀ ਦਾ ਕੋਰੋਨਾ ਵਾਇਰਸ ਟੈਸਟ ਕੀਤਾ ਜਾਵੇਗਾ ਅਤੇ ਜੇਕਰ ਕੈਨੇਡਾ ਪਹੁੰਚਣ ਤੇ ਕੀਤੇ ਗਏ ਟੈਸਟ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਯਾਤਰੀ ਨੂੰ ਮੰਡੇਟਰੀ ਹੋਟਲ ਕੁਆਰੰਟਾਈਨ ਤੋਂ ਰਾਹਤ ਦਿੱਤੀ ਜਾਵੇਗੀ ਅਤੇ ਜੇਕਰ ਰਿਪੋਰਟ ਪੋਜ਼ਿਟਿਵ ਆਉਂਦੀ ਹੈ ਤਾਂ ਯਾਤਰੀ ਨੂੰ ਕੁਆਰੰਟਾਈਨ ਕਰ ਵੀ ਬਹੁਤ ਸਵਾਲ ਪੁੱਛੇ ਜਾ ਰਹੇ ਸਨ ਅਤੇ ਕੈਨੇਡਾ ਸਰਕਾਰ ਦੇ ਵੱਲੋਂ ਆਪਣੇ ਮਾਪਿਆਂ ਦੇ ਨਾਲ ਟਰੈਵਲ ਕਰਨ ਵਾਲੇ ਬੱਚਿਆਂ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਜੋ ਬੱਚੇ ਆਪਣੀ ਫੁਲੀ ਵੈਕਸੀਨੇਟਡ ਮਾਤਾ-ਪਿਤਾ ਨਾਲ ਟਰੈਵਲ ਕਰਨਗੇ ਉਹਨਾਂ ਨੂੰ ਮੈਂਡੇਟਰੀ ਹੋਟਲ ਕਵਾਰੰਟਾਈਨ ਤੋਂ ਰਾਹਤ ਦਿੱਤੀ ਜਾਵੇਗੀ ਪਰ ਉਹਨਾਂ ਨੂੰ ਘਰ ਦੇ ਵਿੱਚ ਕਵਾਰੰਟਾਈਨ ਕਰਨਾ ਹੋਵੇਗਾ ਫੁਲੀ ਵੈਕਸੀਨੇਟਡ ਟਰੈਵਲਰਸ Who are eligible for the reduced measures must meet the pre and on arrival test requirements they must be asymptomatic upon arrival And they must provide contract and travel information, proof of vaccination electronically through the ArriveCan app before arriving in Canada. Our ArriveCan app has proven to be a very effective application for, for travelers providing their travel and personal information. Over 2 million Canadians have now used the application uh, for arrival at our border. It is absolutely essential for all travelers to have their ArriveCan receipt and documents ready. Including proof of vaccination before they arrive at the border. And once there, travelers must provide the required information and documents to the Border Service officers and answer all eligibility, vaccination, and health screening questions. And they must follow the instructions that will be provided to them to complete their on arrival test and proceed to their destination. Fully vaccinated travelers will no longer have to quarantine or complete the eight day test. But to benefit from these reduced public health obligations, fully vaccinated travelers must submit their vaccination information using the arrivecan app before arriving at the canadian border there are no changes to our current border measures for those who are not fully vaccinated and travel restrictions for foreign nationals including u.s citizens remain in place until at least july 21st ਕੈਨੇਡਾ ਸਰਕਾਰ ਦੇ ਵੱਲੋਂ ਅਪਰੂਵਡ ਵੈਕਸੀਨ ਦੀ ਲਿਸਟ ਦੇ ਵਿੱਚ ਫਾਈਜ਼ਰ ਐ ਮੋਡਰਨਾ ਜੌਨਸਨ ਐ ਜੌਨਸਨ ਵੈਕਸੀਨ ਅਤੇ ਐਸਟਰਾਜਨਕਾ ਵੈਕਸੀਨ ਹਨ ਅਤੇ ਸਰਕਾਰ ਦੇ ਵੱਲੋਂ ਇਸ ਲਿਸਟ ਵਿੱਚ ਹੋਰ ਵੈਕਸੀਨ ਦਾ ਨਾਮ ਵੀ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਉਹ ਲੋਕ ਜਿਨ੍ਹਾਂ ਨੂੰ ਕਿਸੇ ਹੋਰ ਬ੍ਰਾਂਡ ਦੀ ਵੈਕਸੀਨ ਲਗਵਾਈ ਹੋਈ ਹੈ ਜਿਸ ਨੂੰ ਕੈਨੇਡਾ ਸਰਕਾਰ ਦੇ ਵੱਲੋਂ ਅਪਰੂਵ ਨਹੀਂ ਕੀਤਾ ਗਿਆ ਹੈ ਜਾਂ ਫਿਰ ਹਾਲੇ ਤੱਕ ਸਿਰਫ ਕੋਵਿਡ-19 ਵੈਕਸੀਨ ਦਾ ਪਹਿਲਾ ਡੋਜ਼ ਹੀ ਲਗਵਾਇਆ ਹੋਇਆ ਹੈ ਉਹਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਯਾਤਰੀਆਂ ਨੂੰ ਕੈਨੇਡਾ ਸਰਕਾਰ ਦੇ ਵੱਲੋਂ ਪਹਿਲਾਂ ਤੋਂ ਹੀ ਲਾਗੂ ਕੀਤੇ ਗਏ ਨਿਰਮਾਣ ਦੀ ਪਾਲਣਾ ਤੇ ਸ਼ਰਤਾਂ ਪੂਰਾ ਕਰਨਾ ਪਵੇਗਾ ਮਤਲਬ ਇਹ ਕਿ ਜੋ ਨਿਯਮ ਪਹਿਲਾਂ ਤੋਂ ਲਾਗੂ ਹਨ ਉਹ ਉਹਨਾਂ ਟਰੈਵਲਰਸ ਦੇ ਲਈ ਲਾਗੂ ਰਹਿਣਗੇ ਜਿਨ੍ਹਾਂ ਨੇ ਕੋਵਿਡ ਵੈਕਸੀਨ ਨਹੀਂ ਲਗਵਾਈ ਹੋਈ ਜਾਂ ਫਿਰ ਕੋਈ ਹੋਰ ਵੈਕਸੀਨ ਲਗਵਾਈ ਹੋਈ ਹੈ ਜਿਸ ਨੂੰ ਕੈਨੇਡਾ ਸਰਕਾਰ ਦੇ ਵੱਲੋਂ ਅਪਰੂਵ ਨਹੀਂ ਕੀਤਾ ਗਿਆ ਹੈ ਅਤੇ ਇਹਨਾਂ ਨ Beginning on July 5th, full vaccinated, fully vaccinated travelers who are permitted to enter Canada will no longer be subject to the federal requirement to quarantine. Fully vaccinated travelers will not be required to take a COVID 19 test on day 8 or stay at a government authorized hotel. To be very clear with fully vaccinated travelers, you will still need to meet a series of requirements, including pre and on arrival testing. We are continuing these testing requirements to allow public health experts to continue to monitor positivity rates at the border and monitor for variants of concern. Having this information will allow public health experts to recommend further adjustments to border measures quickly if needed. For travelers who are not fully vaccinated, I want to remind you that there are no changes to Canada's current border measures, and you must continue to adhere to the current testing and federal quarantine requirements. And whether you're fully vaccinated or not, if you're coming into Canada, it is crucial to plan in advance to ensure you're meeting all travel requirements. Your planning should also consider the specific requirements of the province and territory that is your destination. <laughs> ਕੈਨੇਡਾ ਸਰਕਾਰ ਦੇ ਵੱਲੋਂ ਭਾਰਤ ਤੋਂ ਆਉਣ ਵਾਲੇ ਫਲਾਈਟਸ ਦੇ ਬਾਰੇ 21 ਜੂਨ ਨੂੰ ਵੱਡਾ ਐਲਾਨ ਕੀਤਾ ਗਿਆ ਅਤੇ ਇਸ ਐਲਾਨ ਦੇ ਤਹਿਤ ਹੁਣ ਭਾਰਤ ਤੋਂ ਆਉਣ ਵਾਲੇ ਫਲਾਈਟਸ ਦੇ ਲਗਾਏ ਹੋਏ ਬੈਨ ਨੂੰ ਕੈਨੇਡਾ ਸਰਕਾਰ ਦੇ ਵੱਲੋਂ 21 ਜੁਲਾਈ 2021 ਤੱਕ ਐਕਸਟੈਂਡ ਕਰ ਦਿੱਤਾ ਗਿਆ ਹੈ ਪਰ ਇਸ ਵਾਰ ਪਾਕਿਸਤਾਨ ਤੋਂ ਆਉਣ ਵਾਲੇ ਫਲਾਈਟਸ ਦੇ ਉੱਪਰ ਲਗਾਏ ਹੋਏ ਬੈਨ ਨੂੰ ਐਕਸਟੈਂਡ ਨਹੀਂ ਕੀਤਾ ਗਿਆ ਇਸ ਤੋਂ ਪਹਿਲਾਂ 22 ਅਪ੍ਰੈਲ ਨੂੰ ਕੈਨੇਡਾ ਦੇ ਵੱਲੋਂ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੇ ਫਲਾਈਟਸ ਦੇ ਉੱਪਰ 30 ਦਿਨਾਂ ਦੇ ਲਈ ਬੈਨ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਐਲਾਨ ਦੇ ਤਹਿਤ ਫਲਾਈਟਸ 'ਤੇ ਰੋਕ 22 ਮਈ ਤੱਕ ਲਗਾਈ ਗਈ ਪਰ ਇਸ ਬੈਨ ਦੇ ਵਿੱਚ ਇੱਕ ਵਾਰ ਫਿਰ ਵਾਧਾ ਕੀਤਾ ਗਿਆ ਅਤੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਫਲਾਈਟਸ ਦੇ ਉੱਪਰ ਲਗਾਏ ਹੋਏ ਬੈਨ ਨੂੰ ਹੋਰ 30 ਦਿਨਾਂ ਦੇ ਲਈ ਐਕਸਟੈਂਡ ਕਰ ਦਿੱਤਾ ਗਿਆ ਜਿਸ ਦੀ ਆਖਰੀ ਤਾਰੀਖ 21 ਜੂਨ ਸੀ ਅਤੇ ਹੁਣ ਕੈਨੇਡਾ ਦੇ ਵੱਲੋਂ ਜੋ ਤਾਜ਼ਾ ਐਲਾਨ ਕੀਤਾ ਗਿਆ ਉਸ ਦੇ ਵਿੱਚ ਸਿਰਫ ਭਾਰਤ ਤੋਂ ਆਉਣ ਵਾਲੇ ਫਲਾਈਟਸ ਦੇ ਉੱਪਰ ਲਗਾਏ ਹੋਏ ਬੈਨ ਨੂੰ 21 ਜੁਲਾਈ ਤੱਕ ਐਕਸਟੈਂਡ ਕਰ ਦਿੱਤਾ ਗਿਆ We will also be renewing the flight ban between Canada and India for 30 days to July 21st of 2021 This means that direct commercial and private passenger flights from India will continue to be denied permission to arrive in Canada. Passengers who depart from India bound for Canada via an indirect route must still obtain a valid COVID-19 test result from a third country before boarding a flight to Canada. Today, I'm also announcing that based on the public health data, yeah. we will not be renewing the flight ban between Canada and Pakistan. Air travelers from Pakistan will be required to obtain a COVID-19 molecular test in Pakistan to board a flight to Canada. As the situation evolves, we will respond with new and adjusted border measures as needed to keep Canadians safe and the economy running. <laughs> ਕੈਨਾਡਾ ਵੀਜ਼ਾ ਐਪਲੀਕੈਂਟਸ ਦੇ ਲਈ ਵੱਡੀ ਅਪਡੇਟ ਸਾਹਮਣੇ ਆਈ ਹੈ ਅਤੇ ਇਹ ਅਪਡੇਟ ਹਾਈ ਕਮਿਸ਼ਨ ਆਫ ਕੈਨੇਡਾ ਇਨ ਇੰਡੀਆ ਦੇ ਵੱਲੋਂ ਤਿੰਨ ਟਵੀਟ ਕਰਕੇ ਆਪਣੇ ਅਫੀਸ਼ੀਅਲ ਟਵਿੱਟਰ ਅਕਾਊਂਟ ਦੇ ਜ਼ਰੀਏ ਸ਼ੇਅਰ ਕੀਤੀ ਗਈ ਹੈ ਪਹਿਲੇ ਟਵੀਟ ਦੇ ਵਿੱਚ ਹਾਈ ਕਮਿਸ਼ਨ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਸਾਰੇ ਇੰਡੀਆ ਦੇ ਵਿੱਚ ਮੌਜੂਦ ਪੈਨਲਸ ਫਿਜ਼ੀਸ਼ੀਅਨਸ ਦੇ ਵੱਲੋਂ ਅਪਰੰਟ ਮੈਡੀਕਲ ਦੇ ਲਈ ਅਪਾਇੰਟਮੈਂਟ ਰੀਜ਼ਿਊਮ ਕੀਤੀਆਂ ਜਾ ਰਹੀਆਂ ਹਨ ਦੂਸਰੇ ਟਵੀਟ ਦੇ ਵਿੱਚ ਹਾਈ ਕਮਿਸ਼ਨ ਦੇ ਵੱਲੋਂ ਲਿੰਕ ਸ਼ੇਅਰ ਕੀਤਾ ਗਿਆ ਹੈ ਤੇ ਜਿਸ ਦੇ ਵਿੱਚ ਆਪਣੇ ਨਜ਼ਦੀਕੀ ਪੈਨਲ ਫਿਜੀਸ਼ੀਅਨਜ਼ ਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤੀਸਰੇ ਟਵੀਟ ਦੇ ਵਿੱਚ ਹਾਈ ਕਮਿਸ਼ਨ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਸਟੂਡੈਂਟਸ ਜੇਕਰ ਤੁਸੀਂ ਆਪਣੀ ਐਪਲੀਕੇਸ਼ਨ ਬਿਨਾ ਅਫਰੰਟ ਮੈਡੀਕਲ ਦੇ ਸਬਮਿਟ ਕੀਤੀ ਹੈ ਤੇ ਤੁਹਾਨੂੰ ਉਸ ਸਮੇਂ ਤੱਕ ਇੰਤਜ਼ਾਰ ਕਰਨਾ ਲਾਜ਼ਮੀ ਹੈ ਜਦੋਂ ਤੱਕ ਤੁਹਾਨੂੰ ਅਪਾਇੰਟਮੈਂਟ ਬੁੱਕ ਕਰਨ ਦੇ ਲਈ ਇਮੀਗ੍ਰੇਸ਼ਨ ਐਗਜ਼ਾਮੀਨੇਸ਼ਨ ਫਾਰਮ ਰਿਸੀਵ ਨਹੀਂ ਹੋ ਜਾਂਦਾ ਇਹ ਸਨ ਤਿੰਨ ਟਵੀਟ ਜਿਨ੍ਹਾਂ ذریعے ਕੈਨੇਡਾ ਹਾਈ ਕਮਿਸ਼ਨ ਦੇ ਵੱਲੋਂ ਅਫਰੰਟ ਮੈਡੀਕਲਸ ਦੇ ਲਈ ਅਪਾਇੰਟਮੈਂਟ ਨੂੰ ਰੀਜ਼ਿ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਇਸ ਤੋਂ ਪਹਿਲਾਂ ਕੈਨੇਡਾ ਹਾਈ ਕਮਿਸ਼ਨ ਦੇ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਬਾਇਓਮੈਟ੍ਰਿਕ ਅਪਾਇੰਟਮੈਂਟ ਦੇ ਲਈ ਅਪਾਇੰਟਮੈਂਟ ਵਾਸਤੇ ਆਨਲਾਈਨ ਫਾਰਮ ਜ਼ਰੀਏ ਰਿਕੁਐਸਟ ਸਬਮਿਟ ਕਰਨ ਨੂੰ ਮੁਰਤਦ ਸ਼ੁਰੂ ਕੀਤੇ ਜਾਂਦੇ ਬਾਰੇ ਐਲਾਨ ਕੀਤਾ ਗਿਆ ਸੀ ਅਤੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਹੁਣ ਵਾਦਦੇ ਹਾਂ ਅਗਲੀ ਖਬਰ ਦੇ ਵੱਲ ਕੈਨੇਡਾ ਦੇ ਸੂਬੇ ਕਿਊਬਿਕ ਅਨਟਾਰੀਓ ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਈਆਂ ਇਮੀਗ੍ਰੇਸ਼ਨ ਅਪਡੇਟਸ ਅਨੇਕਾਂ ਦੇ ਸਬੰਧ ਅੰਟਾਰੀਓ ਦੇ ਵੱਲੋਂ ਨਵਾਂ PNP ਡਰਾਅ ਕੱਢਿਆ ਗਿਆ ਹੈ ਅਤੇ ਅੰਟਾਰੀਓ ਦੇ ਵੱਲੋਂ 23 ਜੂਨ ਨੂੰ ਕੱਢਿਆ ਗਿਆ ਨਵੇਂ PNP ਡਰਾਅ ਦੇ ਵਿੱਚ 583 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਹਨ ਅਤੇ Ontario Provincial Nominee Program ਦੇ ਅਧੀਨ ਉਹਨਾਂ ਉਮੀਦਵਾਰਾਂ ਨੂੰ ਸੱਦੇ ਭੇਜੇ ਗਏ ਹਨ ਜਿਨ੍ਹਾਂ ਦੇ ਕੋਲ 10 ਓਕਿਊਪੇਸ਼ਨਸ ਦੇ ਵਿੱਚੋਂ ਕਿਸੇ ਇੱਕ ਓਕਿਊਪੇਸ਼ਨ ਦਾ ਐਕਸਪੀਰੀਐਂਸ ਹੈ ਅਤੇ ਇਹ 10 ਓਕਿਊਪੇਸ਼ਨਸ ਦੇ ਵਿੱਚ ਬੈਂਕਿੰਗ ਕ੍ਰੈਡਿਟ ਐਂਡ ਅਦਰ ਇਨਵੈਸਟਮੈਂਟ ਮੈਨੇਜਰਸ NOC ਨੰਬਰ 0122 ਐਡਵਰਟਾਈਜ਼ਿੰਗ ਮਾਰਕੀਟਿੰਗ ਪਬਲਿਕ ਰਿਲੇਸ਼ਨਸ ਮੈਨੇਜਰਸ एन ओ सी नंबर जीरो एक सौ चौबीस अदर बिजनेस सर्विस मैनेजरस एन ओ सी जीरो एक सौ पच्ची कॉरपोरेट सेल्स मैनेजर एन ओ सी जीरो छे सौ एक फाइनेंशियल ऑडिटर एंड अकाउंटेंट एन ओ सी ग्यारह ग्यारह फाइनेंशियल एंड इन्वेस्टमेंट एनालिस्ट एन ओ सी ग्यारह बारह ह्यूमन रिसोर्स प्रोफेशनल्स एन ओ सी ग्यारह इक्की ਪ੍ਰੋਫੈਸ਼ਨਲ ਓਕੂਪੇਸ਼ਨ ਇਹ ਵੀ ਇਨ ਬੀਨਸ ਮੈਨੇਜਮੈਂਟ ਕੰਸਲਟਿੰਗ ਐਨਓਸੀ 1122 ਰਜਿਸਟਰਡ ਨਰਸਸ ਐਨਓਸੀ ਨੰਬਰ 3012 ਐਂਡ ਬੀਨਸ ਡਿਵੈਲਪਮੈਂਟ ਆਫੀਸਰ ਐਂਡ ਮਾਰਕੀਟਿੰਗ ਰਿਸਰਚਰਸ ਐਂਡ ਕੰਸਲਟੈਂਟਸ ਐਨਓਸੀ 4163 ਇਥੇ ਇੱਕ ਵਾਰ ਫਿਰ ਤੁਹਾਨੂੰ ਦੱਸ ਦੇ ਕਿ ਕੈਨੇਡਾ ਸੂਬੇ ਅਨਟਾਰੀਆ ਦੇ ਵੱਲੋਂ 23 ਜੂਨ ਨੂੰ ਕੱਢੇ ਗਏ ਨਵੇਂ ਪੀਐਨਪੀ ਡਰਾ ਦੇ ਵਿੱਚ 583 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਹਨ ਕਿ ਉਹ ਪ੍ਰੋਵਿੰਸ਼ਲ ਨੋਮੀਨੇਸ਼ਨ ਦੇ ਲਈ ਅਪਲਾਈ ਕਰਨ। ਹੁਣ ਵੱਧਦੇ ਹਾਂ ਅਗਲੀ ਖਬਰ ਦੇ ਵੱਲ। ਕੈਨੇਡਾ ਦੇ ਸੂਬੇ ਕਿਊਬਿਕ ਤੋਂ ਵੀ ਵੱਡੀ ਇਮੀਗ੍ਰੇਸ਼ਨ ਅਪਡੇਟ ਸਾਹਮਣੇ ਆਈ ਹੈ ਜੀਹਾਂ ਕੈਨੇਡਾ ਦੇ ਸੂਬੇ ਕਿਊਬਿਕ ਦੇ ਵੱਲੋਂ 17 ਜੂਨ ਨੂੰ ਕੱਢੇ ਗਏ ਰੀਮਾ ਡਰਾ ਦੇ ਡਿਟੇਲਸ ਜਾਰੀ ਕੀਤੇ ਗਏ ਹਨ ਅਤੇ ਕੈਨੇਡਾ ਦੇ ਸੂਬੇ ਕਿਊਬਿਕ ਦੇ ਵੱਲੋਂ 17 ਜੂਨ ਨੂੰ ਕੱਢਿਆ ਗਿਆ ਨਵੇਂ ਰੀਮਾ ਡਰਾ ਦੇ ਵਿੱਚ 69 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਹਨ ਅਤੇ ਕਿਊਬਿਕ ਦੇ ਵੱਲੋਂ ਰੈਗੂਲਰ ਸਕਿਲਡ ਵਰਕਰ ਪ੍ਰੋਗਰਾਮ ਦੇ ਅਧੀਨ ਉਨ੍ਹਾਂ ਉਮੀਦਵਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ ਹਨ ਜਿਨ੍ਹਾਂ ਦੇ ਵੱਲੋਂ ਕਿਊਬਿਕ ਦੇ ਆਨਲਾਈਨ ਰਜਿਸਟਰਡ ਪੋਰਟਲ ਤੇ ਐਕਸਪ੍ਰੈਸ਼ਨ ਆਫ ਇੰਟਰਸਟ ਸਬਮਿਟ ਕੀਤਾ ਅਤੇ ਕੈਨੇਡਾ ਦੇ ਸੂਬੇ ਕਿਊਬਿਕ ਦੇ ਵੱਲੋਂ ਹੁਣ ਤੱਕ ਸਾਲ 2021 ਦੇ ਦੌਰਾਨ 545 ਕੈਂਡੀਡੇਟਸ ਨੂੰ ਸੱਦੇ ਭੇਜੇ ਜਾ ਚੁੱਕੇ ਹਨ ਅਤੇ ਹੁਣ 17 ਜੂਨ ਨੂੰ ਕੱਢੇ ਗਏ ਲੇਟੈਸਟ ਰਿਮਾ ਡਰਾ ਦੇ ਵਿੱਚ ਕਿਊਬਿਕ ਦੇ ਵੱਲੋਂ 69 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਹਨ ਹੁਣ ਵਾਦਦੇ ਹਾਂ ਅਗਲੀ ਖਬਰ ਦੇ ਵੱਲ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਇੱਕ ਵੱਡੀ ਇਮੀਗ੍ਰੇਸ਼ਨ ਅਪਡੇਟ ਸਾਹਮਣੇ ਆਈ ਹੈ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਇੱਕ ਹੀ ਦਿਨ ਵਿੱਚ ਦੋ ਪੀਐਨਪੀ ਡਰਾ ਕੱਢੇ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਸੱਦੇ ਭੇਜੇ ਗਏ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ 22 ਜੂਨ ਨੂੰ ਦੋ ਪੀਐਨਪੀ ਡਰਾਅ ਕੱਢੇ ਗਏ ਹਨ ਅਤੇ ਇਸ ਤੋਂ ਪਹਿਲਾਂ ਵੀ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਜੂਨ ਮਹੀਨੇ ਦੇ ਦੌਰਾਨ ਚਾਰ ਡਰਾਅ ਕੱਢੇ ਜਾ ਚੁੱਕੇ ਹਨ ਅਤੇ 22 ਜੂਨ ਵਾਲੇ ਦੋ ਡਰਾਅਜ਼ ਮਿਲਾ ਕੇ ਇਹ ਗਿਣਤੀ 6 ਹੋ ਜਾਂਦੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ 22 ਜੂਨ ਨੂੰ ਕੱਢੇ ਗਏ ਦੋਨੋਂ ਡਰਾਅਜ਼ ਦੇ ਵਿੱਚ ਸਕਿਲਡ ਇਮੀਗ੍ਰੇਸ਼ਨ ਅਤੇ ਐਕਸਪ੍ਰੈਸ ਐਂਟਰੀ ਸਟਰੀਮ ਦੇ ਅਧੀਨ ਇਹਨਾਂ ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਹਨ ਪਹਿਲੇ ਡਰਾ ਦੇ ਵਿੱਚ ਕੁੱਲ 341 ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਹਨ ਅਤੇ CRS ਸਕੋਰ 75 ਤੋਂ 93 ਦੇ ਵਿਚਕਾਰ ਰਿਹਾ ਅਤੇ ਦੂਸਰੇ ਡਰਾ ਦੇ ਵਿੱਚ 54 ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਹਨ ਅਤੇ CRS ਸਕੋਰ 109 ਰਿਹਾ ਦੂਸਰੇ ਡਰਾ ਦੇ ਵਿੱਚ ਇਨਵੀਟੇਸ਼ਨ ਸਿਰਫ ਐਨਓਸੀ ਨੰਬਰ 0621 ਅਤੇ 0631 ਲਈ ਹੀ ਜਾਰੀ ਕੀਤੇ ਗਏ ਦੋਨੋਂ ਡਰਾਸ ਦੇ ਵਿੱਚ ਇਨਵੀਟੇਸ਼ਨਸ ਸਕਿਲਡ ਇਮੀਗ੍ਰੇਸ਼ਨ ਅਤੇ ਐਕਸਪ੍ਰੈਸ ਐਂਟਰੀ ਸੀਮ ਦੀਆਂ ਸਬ ਕੈਟੇਗਰੀਜ਼ ਸਕਿਲਡ ਵਰਕਰ ਇੰਟਰਨੈਸ਼ਨਲ ਗ੍ਰੈਜੂਏਟ ਅਤੇ ਐਂਟਰੀ ਲੈਵਲ ਐਂਡ ਸੈਮੀ ਸਕਿਲਡ ਅਧੀਨ ਜਾਰੀ ਕੀਤੇ ਗਏ ਇਸ ਦੇ ਨਾਲ ਹੀ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਜੂਨ ਮਹੀਨੇ ਦੌਰਾਨ ਕੱਢੇ ਗਏ 6 ਡਰਾਸ ਦੇ ਅਧੀਨ ਜਾਰੀ ਕੀਤੇ ਗਏ ਕੁੱਲ ਇਨਵੀਟੇਸ਼ਨਸ ਦੀ ਗਿਣਤੀ 908 ਹੋ ਗਈ ਹੈ ਹੁਣ ਵਾਪਸ ਦੇ ਹਾਂ ਅਗਲੀ ਖਬਰ ਦੇ ਵੱਲ ਕੈਨੇਡਾ ਦੇ ਸੂਬੇ ਅਲਬਰਟਾ ਦੇ ਵੱਲੋਂ ਵੀ ਜੂਨ 22 ਨੂੰ ਇੱਕ ਐਕਸਪ੍ਰੈਸ ਐਂਟਰੀ ਡਰਾ ਕੱਢਿਆ ਗਿਆ ਹੈ ਜਿਸ ਦੇ ਅਧੀਨ 184 ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਹਨ ਕਿ ਉਹ ਪ੍ਰੋਵਿੰਸ਼ੀਅਲ ਨਾਮੀਨੇਸ਼ਨ ਦੇ ਲਈ ਅਪਲਾਈ ਕਰਨ ਅਤੇ ਇਸ ਡਰਾ ਦੇ ਅਧੀਨ ਸੀਆਰਐਸ ਸਕੋਰ 308 ਰਿਹਾ ਅਤੇ ਇਸ ਤੋਂ ਪਹਿਲਾਂ ਅਲਬਰਟਾ ਦੇ ਵੱਲੋਂ 5 ਜੂਨ ਨੂੰ ਡਰਾ ਕੱਢਿਆ ਗਿਆ ਸੀ ਹੁਣ ਵਾਦਦੇ ਹਾਂ ਅਗਲੀ ਖਬਰ ਦੇ ਵੱਲ ਕੈਨੇਡਾ ਵੀਜ਼ਾ ਐਪਲੀਕੇਸ਼ਨ ਸੈਂਟਰਾਂ ਯਾਨੀ ਕਿ VFS ਸੈਂਟਰਾਂ ਦੇ ਬਾਰੇ ਵੱਡੀ ਅਪਡੇਟ ਸਾਹਮਣੇ ਆਈ ਹੈ ਜਾਂ ਫਿਰ ਇਹ ਵੀ ਕਹਿ ਸਕਦੇ ਹਾਂ ਕਿ ਕੈਨੇਡਾ ਵੀਜ਼ਾ ਲਈ ਜਿਨ੍ਹਾਂ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਹੋਈਆਂ ਸਨ ਉਹਨਾਂ ਦੇ ਲਈ ਇੱਕ ਵੱਡੀ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ VFS ਸੈਂਟਰਾਂ ਦੇ ਬਾਰੇ ਹਾਈ ਕਮਿਸ਼ਨਰ ਕੈਨੇਡਾ ਇਨ ਇੰਡੀਆ ਦੇ ਵੱਲੋਂ ਨਵਾਂ ਐਲਾਨ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਪੈਂਡਿੰਗ ਬਾਇਓਮੈਟ੍ਰਿਕ ਵਾਲੇ ਸਾਰੇ ਵੀਜ਼ਾ ਐਪਲੀਕੈਂਟਸ ਧਿਆਨ ਦੇਣ ਜੇਕਰ ਤੁਹਾਡੇ ਕੋਲ ਬਾਇਓਮੈਟ੍ਰਿਕ ਇਨਸਟਰਕਸ਼ਨ ਲੈਟਰ ਮੌਜੂਦ ਹੈ ਤਾਂ ਤੁਸੀਂ 28 ਜੂਨ ਤੋਂ ਭਾਰਤ ਦੇ ਵਿੱਚ VFS ਦੇ ਵਿੱਚ ਬਾਇਓਮੈਟ੍ਰਿਕ ਅਪਾਇੰਟਮੈਂਟ ਦੇ ਲਈ ਬੁਕਿੰਗ ਦੂਸਰੇ ਵੀਡੀਓ ਦੇ ਵਿੱਚ ਹਾਈ ਕਮਿਸ਼ਨ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਕਿ ਭਾਵੇਂ ਤੁਹਾਡੀ BIL ਐਕਸਪਾਇਰ ਹੈ ਤਾਂ ਵੀ ਤੁਸੀਂ ਬਾਇਓਮੈਟ੍ਰਿਕ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਇਹਨਾਂ ਦੋ ਵੀਡੀਓ ਤਿੰਨਾਂ ਦਰਿਆ ਹਾਈ ਕਮਿਸ਼ਨ ਆਫ ਕੈਨੇਡਾ ਇਨ ਇੰਡੀਆ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਹੁਣ ਸਾਰੇ ਵੀਜ਼ਾ ਐਪਲੀਕੈਂਟਸ 28 ਜੂਨ ਤੋਂ ਆਨਲਾਈਨ ਵੈਬ ਫਾਰਮ ਦੇ ਜ਼ਰੀਏ ਬਾਇਓਮੈਟ੍ਰਿਕ ਅਪਾਇੰਟਮੈਂਟ ਦੀ ਬੁਕਿੰਗ ਲਈ ਰਿਕਵੈਸਟ ਕਰ ਸਕਦੇ ਹਨ ਅਤੇ ਇਸ ਐਲਾਨ ਦੇ ਨਾਲ ਹੀ ਬਹੁਤ ਲੰਬੇ ਸਮੇਂ ਤੋਂ ਆਪਣੀ ਬਾਇਓਮੈਟ੍ਰਿਕ ਦੀ ਵਾਰੀ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਐਲਾਨ ਤੋਂ ਕੁਝ ਦਿਨ ਪਹਿਲਾਂ ਬਾਇਓਮੈਟ੍ਰਿਕ ਅਪਾਇੰਟਮੈਂਟ ਦੀ ਬੁਕਿੰਗ ਦੀ ਸੇਵਾ ਨੂੰ ਸਿਰਫ ਸਟੂਡੈਂਟਸ ਦੇ ਲਈ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਇਹ ਨਵੇਂ ਐਲਾਨ ਦੇ ਨਾਲ ਹੀ ਸਾਰੇ ਵੀਜ਼ਾ ਅਪਲੀਕੈਂਟਸ ਬਾਇਓਮੈਟ੍ਰਿਕਸ ਦੇ ਲਈ ਰਿਕਵੈਸਟ ਕਰ ਪਾਉਣਗੇ ਇਹ ਹਨ ਕੈਨੇਡਾ ਇਮੀਗ੍ਰੇਸ਼ਨ ਨਾਲ ਸੰਬੰਧਿਤ ਕੁਝ ਖਾਸ ਅਪਡੇਟਸ ਜੋ ਪਿਛਲੇ ਦਿਨਾਂ ਦੇ ਦੌਰਾਨ ਸਾਹਮਣੇ ਆਈਆਂ ਅਗਰ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਵੀਡੀਓ ਦੇ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੀਏ ਬ੍ਰੇਡਪੋਰਟ ਖਬਰ ਪੰਜਾਬੀ